ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੰਗਲਾ ਟੀਵੀ ਤੇ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ। ਕਿੱਟੂ ਜੀ, ਅਗਰ ਆਪਕੋ ਫਿਰ ਵੀ ਲਗਤਾ ਹੈ ਕਿ ਕੋਈ ਪ੍ਰੋਬਲਮ ਹੈ ਗਾਣੇ ਮੇਂ, ਤੋ ਆਪ ਬੇਝਿਜਕ ਮੁਝੇ ਕਾਲ ਕਰੀਏ, ਮੈਂ ਦੁਬਾਰਾ ਆ ਕੇ ਡਬ ਕਰਕੇ ਜਾਊਂਗੀ। ਕਿ ਇਹ ਕੋਈ ਬਹੁਤੀ ਵੱਡੀ ਦਲੇਰੀ ਨਹੀਂ ਹੈਗੀ, ਤੁਸੀਂ ਗਾਣਿਆਂ ਦੇ ਵਿੱਚ ਹਥਿਆਰਾਂ ਦੀਆਂ ਗੱਲਾਂ ਕਰਦੇ ਹੋ, ਐਂ ਕਰ ਦਿਆਂਗੇ, ਉਹ ਕਰ ਦਿਆਂਗੇ ਅਤੇ ਚੱਕ ਦਿਆਂਗੇ। ਕਹਿੰਦੇ ਆਪਕੇ ਪੰਜਾਬ ਕੇ ਹੈ ਮਿਸਟਰ ਕਿੱਟੂ ਕਰਕੇ ਹੈ, ਉਹਨਾਂ ਨੇ ਬਣਾਇਆ। ਕਹਿੰਦੇ ਇਹ ਕਿੱਟੂ ਦਾ ਕੰਮ ਕੀਤਾ ਹੋਇਆ? ਯਾਰ ਲੱਗਦਾ ਤਾਂ ਨਹੀਂ, ਉਹ ਤਾਂ ਬਹੁਤ ਅੱਛਾ ਕੰਮ ਕਰਦਾ। ਮਤਲਬ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਇਹ ਗਾਣਾ ਨਹੀਂ ਅੱਛਾ ਬਣਾਇਆ, ਅਦਰਵਾਈਜ਼ ਕਿੱਟੂ ਅੱਛਾ ਕੰਮ ਕਰਦਾ। ਡਾਇਰੈਕਸ਼ਨ ਹੀ ਚੇਂਜ ਕਰ ਲਈ ਸੀ ਉਸ ਟਾਈਮ, ਕੁਛ ਟਾਈਮ 'ਤੇ ਆ ਕੇ ਥੋੜ੍ਹਾ ਜਿਹਾ ਦਿਮਾਗ ਅਪਸੈਟ ਹੋਇਆ ਸੀ। ਮੈਂ ਪਤਾ ਨਹੀਂ ਇੰਟਰਵਿਊ 'ਚ ਕੀ ਕਹਿ ਗਿਆ ਜੀ, ਮੈਂ ਮਾਫ਼ੀ ਚਾਹੁੰਦਾ ਜੀ ਤੁਹਾਡੇ ਸਾਰਿਆਂ ਤੋਂ ਭਰਾਓ, ਮੇਰੇ ਮਿਊਜ਼ਿਕ ਡਾਇਰੈਕਟਰ। ਅੱਜ ਕੱਲ੍ਹ ਤਾਂ ਸਾਰਾ ਕੁਛ ਕੰਪਿਊਟਰ ਮਹਾਰਾਜ ਕਰਦੇ ਨੇ, ਸਿਰਫ ਤੁਹਾਨੂੰ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਹ ਜਿਹੜਾ ਮਿਊਜ਼ਿਕ ਹੈ ਇੱਥੋਂ ਚੱਕ ਕੇ ਇੱਥੇ ਪੇਸਟ ਕਰਨਾ, ਇੱਥੋਂ ਕਾਪੀ ਕਰਕੇ ਇੱਥੇ ਪੇਸਟ ਕਰਨਾ, ਕੋਈ ਇੰਸਟਰੂਮੈਂਟ ਵਜਾਉਣਾ ਤੱਕ ਨਹੀਂ ਆਉਂਦਾ ਔਰ ਕੰਪੋਜ਼ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਇਤਨਾ ਦੀਆ ਮੇਰੇ ਮੌਲਾ ਨੇ, ਜਿਤਨੀ ਮੇਰੀ ਔਕਾਤ ਨਹੀਂ, ਇਹ ਕਰਮ ਹੈ ਸਭ ਉਸੀ ਕਾ, ਮੁਝਮੇ ਤੋਂ ਐਸੀ ਕੋਈ ਬਾਤ ਨਹੀਂ। ਯਾਰ ਤੇਰਾ ਸੁਪਰਸਟਾਰ ਦੇਸੀ ਕਲਾਕਾਰ।